ਇਸ ਵੀਡੀਓ ਦੇ ਵਿੱਚ ਮੈਂ ਅਲੱਗ ਤੋਂ ਜ਼ਿਆਦਾ ਕੁਛ ਨਹੀਂ ਬੋਲੂੰਗਾ ਕਿਉਂਕਿ ਇਹ ਵੀਡੀਓ ਆਪਣਾ ਬਿਆਨ ਆਪ ਹੀ ਸਭ ਕੁਛ ਕਰ ਰਹੀ ਹੈ। ਸੋ ਤੁਸੀਂ ਬੜੇ ਧਿਆਨ ਦੇ ਨਾਲ ਇਹਦਾ ਟਾਈਟਲ ਯਾਦ ਰੱਖਣਾ, ਜੈਸੀ ਸੰਗਤ ਤੈਸੀ ਰੰਗਤ, ਔਰ ਕੁਝ ਜਿਹੜੀਆਂ ਜ਼ਰੂਰੀ ਵਿਚਾਰਾਂ ਨੇ ਮੈਂ ਨਾਲ ਲਿਖੀ ਜਾਣੀਆਂ। ਤੁਸੀਂ ਇਹਨੂੰ ਧਿਆਨ ਦੇ ਨਾਲ ਦੇਖਣਾ, ਪੜ੍ਹਨਾ ਤੇ ਨਾਲ ਇਹਨੂੰ ਮੰਨਣ ਦਾ ਯਤਨ ਕਰਨਾ। ਵਧੀਆ ਲੱਗ ਰਿਹਾ ਤੈਨੂੰ? ਕਿੰਨਾ ਕੁ ਵਧੀਆ ਲੱਗ ਰਿਹਾ? ਸਿੱਧਾ ਚੱਲ ਹੁਣ ਲਮਕੇ ਰਹਿਣਾ, ਲਮਕੇ ਰਹਿਣਾ, ਲਮਕੇ ਲਮਕਣਾ। ਚੱਲ ਬਸ ਭਾਈ, ਬਸ ਐਂ ਲਮਕੀ ਰਹਿਣਾ। ਹੈਂ, ਕਿੱਥੇ ਜਾਂਦੇ ਹੁੰਦੇ? ਇੱਥੇ ਜਾਂਦੇ ਹੁੰਦੇ? ਬਾਏ ਕਰਦੇ, ਬਾਏ। ਕਿਵੇਂ ਲੱਗ ਰਿਹਾ ਤੈਨੂੰ ਸਾਈਕਲ ਚਲਾ ਕੇ? ਸਾਈਕਲ ਚਲਾ ਕੇ ਕਿਵੇਂ ਲੱਗ ਰਿਹਾ? ਬਹੁਤ ਵਧੀਆ। ਚੱਲ 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 ਚਲੋ ਚਲੋ ਉਹ ਤੁੰਬੜਾਂਗੇ। ਸੋ ਇਸ ਪ੍ਰਕਾਰ ਅਸੀਂ ਸਾਰੀ ਕਸਰਤ ਔਰ ਸਾਈਕਲਿੰਗ ਕਰਨ ਤੋਂ ਬਾਅਦ ਰਾਤ ਨੂੰ ਦਾਸ ਨੇ ਆਨਲਾਈਨ ਸੰਥਿਆ ਜਿਹੜੀ ਜਮਾਤ ਆ ਉਹ ਲਾਉਣੀ ਸੀ, ਤੇ ਉਸ ਵੇਲੇ ਬੱਚੀਆਂ ਆਪਣੇ ਆਪ ਮੇਰੇ ਕੋਲ ਆ ਕੇ ਗੁਰਮੁਖੀ ਉਡਾ ਉਡਾ ਲਿਖਣ ਲੱਗ ਗਈਆਂ। ਮੈਂ ਇਹਨਾਂ ਨੂੰ ਇੱਕ ਵਾਰੀ ਕਿਹਾ ਵੀ ਨਹੀਂ, ਇਹ ਹੁੰਦਾ ਵਾ ਜੈਸੀ ਸੰਗਤ ਤੈਸੀ ਰੰਗਤ।